एक माजी मौजूद है, मैं अदालत के बाहर मौजूद हूँ, जिनके बेटे को उम्र कैद की सजा 3 लाख हरजाना और 5 लाख रुपया जुर्माना हुआ है। इनसे बात करेंगे और उनसे जानेंगे कि इनके बेटे को सजा किस वजह से हुई है, क्योंकि वो एक ही बेटा था इनका, ना कोई बेटी है ना कोई और इनका बेटा है, और जो इनका शोहर है। तो पैसे नाल पारने, आप पारने आप पैसे आपे बच्चा कराया था लाया था बह ये साड़ी किसे गल नहीं सुने पुत्र। मैंने दसो कि तुसी तुहाडे पुत्र नूं सजा हो गई, उम्र कैद की सजा हो गई, तुहाडा शोहर भी सिर ते नहीं हैगा, कोई औरती पुत्र भी नहीं आया, सारा कोई नहीं दा। जहरी गल है जिहड़ा बच्चा फोत होया वह भी किसी का बेटा सी, ਤੁਸੀਂ ਇਹ ਤਸਲੀਮ ਕਰਦੇ ਹੋ ਕਿ ਬੱਚੇ ਕੋਲ ਗਲਤੀ ਹੋਈ ਹੈ ਤੇ ਉਹਨੂੰ ਮਾਫ ਕਰ ਦਿੱਤਾ ਜਾਵੇ? ਅਗਰ ਗਲਤੀ ਹੋਈ ਹੈ ਤਾਂ ਹਾਂਜੀ ਭਾਈ, ਗਲਤੀ ਹੋਈ ਮਾਫ ਕੀਤਾ ਜਾਏ, ਜੋ ਮੈਂ ਜੁਰਮਾਨਾ ਹੈਗਾ ਮੈਂ ਭਰਾਂਗਾ। ਫੋਟੋ ਟੀਵੀ ਕੇ ਸਾਥ ਮੈਂ ਹੂੰ ਆਪਕੋ ਮਿਜ਼ਬਾਨ ਹੂੰ, ਮੇਰੇ ਲਈ ਨਾਦਰੀਨ, ਮੇਰੇ ਸਾਥ ਇੱਕ ਮਾਜੀ ਮੌਜੂਦ ਹੈ, ਮੈਂ ਅਦਾਲਤ ਕੇ ਬਾਹਰ ਮੌਜੂਦ ਹੂੰ, ਜਿਨਕੇ ਬੇਟੇ ਕੋ ਉਮਰ ਕੈਦ ਕੀ ਸਜ਼ਾ 3 ਲੱਖ ਹਰਜਾਨਾ ਔਰ 5 ਲੱਖ ਰੁਪਏ ਜੁਰਮਾਨਾ ਹੋਇਆ ਹੈ। ਇਨਸੇ ਬਾਤ ਕਰੇਂਗੇ ਉਨਸੇ ਜਾਣੇਂਗੇ ਕਿ ਇਨਕੇ ਬੇਟੇ ਕੋ ਸਜ਼ਾ ਕਿਸ ਵਜ੍ਹਾ ਸੇ ਹੋਈ ਹੈ, ਕਿਉਂਕਿ ਵੋ ਏਕ ਹੀ ਬੇਟਾ ਥਾ ਇਨਕਾ, ਨਾ ਕੋਈ ਬੇਟੀ ਹੈ ਨਾ ਕੋਈ ਔਰ ਇਨਕਾ ਬੇਟਾ ਹੈ, ਔਰ ਜੋ ਇਨਕਾ ਸ਼ੋਹਰ ਹੈ ਵੋ ਵੀ ਫਾਤ ਪਾ ਚੁੱਕਾ ਹੈ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਅੱਛਾ ਮਾਂ ਜੀ, ਮੈਨੂੰ ਇਹ ਦੱਸੋ ਕਿ ਜਿਹੜੇ ਤੁਹਾਡੇ ਬੇਟੇ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ, ਕਿੰਨੇ ਕਰਵਾਈ ਹੈ ਤੇ ਕਿਸ ਵਜ੍ਹਾ ਤੋਂ ਹੋਈ ਹੈ? ਪਤਾ ਨਹੀਂ ਭਾਈ, ਕਿਸੇ ਨੇ ਕਰਾਈ, ਬਸ ਕੀ ਲੱਗਦਾ ਤੁਹਾਡੇ ਜਿਹਨੇ ਐਫਆਈਆਰ ਕਰਵਾਈ ਸੀ? ਐਫਆਈਆਰ ਕਰਾਈ ਸਾਡਾ ਚਰੀਕਾ ਹੀ ਹੈ, ਮੇਰੇ ਚਾਚਾ ਸਹੁਰੇ ਦਾ ਪੁੱਤਰ ਹੈ। ਚਾਚਾ ਸਹੁਰੇ ਦਾ ਪੁੱਤਰ ਹੈ? ਹਾਂ। ਤੇ ਸ਼ੋਹਰ ਫੋਤ ਹੋਣੀ ਕਿੰਨੀ ਦੇਰ ਹੋ ਗਈ? 3 ਸਾਲ। 3 ਸਾਲ ਉਹਦੇ ਬਾਅਦ ਇਹ ਵਾਕਿਆ ਉਹਨਾਂ ਕੀਤਾ, ਯਾਨੀ ਕਿ ਜਦੋਂ ਤੁਹਾਡਾ ਸ਼ੋਹਰ ਫੋਤ ਹੋ ਗਿਆ ਸੀ ਉਸ ਤੋਂ ਬਾਅਦ ਇਹ ਵਾਕਿਆ ਹੋਇਆ? ਆਹੋ, ਉਸ ਤੋਂ ਬਾਅਦ ਇਹਨਾਂ ਵਾਕਿਆ ਕੀਤਾ, ਇਹਨਾਂ ਹੈਂਦਾ ਕੋਈ ਨਹੀਂ ਹੈਗਾ, ਨਾ ਕੋਈ ਜਾਵੇ ਤੇ ਨਾ ਕੋਈ, ਤੇ ਮੇਰਾ ਨਾ ਕੋਈ ਭੈਣ ਭਰਾ ਨਾ ਕੋਈ, ਮੈਨੂੰ ਇਕੱਲੀ ਇਕੱਲੀ। ਮਾਂ ਜੀ, ਇਹ ਉਹਦੇ ਤੇ ਐਫਆਈਆਰ ਹੋਈ ਹੈ ਕਿ 302 ਦੀ ਹੈ, ਫਿਰ ਉਸ ਤੋਂ ਬਾਅਦ ਕੀਤਾ ਹੈ, ਇਹ ਗੱਲ ਸੱਚੀ ਕੋ ਹੋਇਆ ਇਸ ਤਰ੍ਹਾਂ ਦਾ ਜਾਂ ਉਹਨਾਂ ਨੇ ਇਲਜ਼ਾਮ ਲਾਇਆ? ਇਲਜ਼ਾਮ ਲਾ ਭਾਈ, ਕੋਈ ਪਤਾ ਨਹੀਂ ਹੈ, ਇਲਜ਼ਾਮ ਲੱਗਾ ਸਾਡੇ ਕਿਹੜਾ ਬੱਚਿਆਂ ਨੇ ਕੀਤਾ ਸੀ, ਉਹ ਆਪਦਾ ਫਰੀਜਾ ਨਹੀਂ, ਸਾਡੇ ਬੱਚੇ ਦੇ ਕੇਸ ਪੈ ਗਿਆ। ਕਿੰਨੀ ਦੇਰ ਹੋ ਤੁਹਾਡਾ ਪੁੱਤਰ ਪਹਿਲੇ ਜੇਲ੍ਹ 'ਚ ਵੀ ਰਿਹਾ? ਦਹੀ ਗੱਲ, ਉਸ ਤੋਂ ਬਾਅਦ ਕਾਫੀ ਦੇਰ ਕੇਸ ਚੱਲਦਾ ਰਿਹਾ, ਫਿਰ ਅੱਜ ਫੈਸਲਾ ਹੋਇਆ, ਜੇਲ੍ਹ 'ਚ ਕਿੰਨੀ ਦੇਰ ਰਿਹਾ ਤੁਹਾਡਾ ਬੱਚਾ? ਇਹ ਜੇਲ੍ਹ 'ਚ 3 ਸਾਲ ਹੋ ਗਏ ਨੇ, ਬੱਚੇ ਨਾ ਆਏ ਨਾ ਜੇਲ੍ਹ 'ਚ। 3 ਸਾਲ ਹੋ ਗਏ? ਹਾਂਜੀ, ਅੱਜ ਜੱਜ ਨੇ ਫੈਸਲਾ ਸੁਣਾਇਆ। 3 ਸਾਲ ਦੇ ਵਿੱਚ ਤੁਹਾਡੇ ਕਿੰਨੇ ਪੈਸੇ ਲੱਗੇ ਨੇ, ਤੁਸੀਂ ਵਕੀਲਾਂ ਪਿੱਛੇ ਧੱਕੇ ਖਾਧੇ ਹੋਵਨ ਦੇ, ਫਿਰ ਮੁਲਾਕਾਤ ਕਰਨ ਵਾਸਤੇ ਕੀ ਮੁਸ਼ਕਲਾਂ ਤੁਹਾਨੂੰ ਪੇਸ਼ ਆਈਆਂ? ਮੁਲਾਕਾਤ ਵੀ ਅਸੀਂ ਕਰਦੇ ਹਾਂ ਤੇ ਸਾਨੂੰ ਐਂ ਸੀ, ਖੈਰ ਮੇਰੇ ਬੱਚੇ ਨੂੰ ਸਜ਼ਾ ਨਹੀਂ ਹਾਂਦੀ, ਇਹਨਾਂ ਵੇਰ ਤੇ ਕਰਾਈ ਬਾਏ, ਇਹਨਾਂ ਜਾਣ ਤੇ ਕਰਾਈ ਮਦਈਆਂ, ਜਾਣ ਬੁੱਝ ਕੇ ਕਰਾਈ। ਮੈਂ ਵੀ ਆਖਿਆ ਮੈਂ ਘਰ ਦੀ ਜਗ੍ਹਾ ਲੈ ਲਓ, ਬਾਹਰ ਦੀ 5 ਮਰਲੇ ਲੈ ਲਓ ਤੇ ਸੁਲਾਹ ਕਰ ਲਓ, ਅੱਗੋਂ ਵੈਰ ਪੈਂਦੀ ਅੱਗੋਂ ਗੱਲ ਪੈਂਦੀ ਮੇਰੇ। ਕੌਣ ਹੈ ਜਿਹੜਾ ਤੁਹਾਡੇ ਗੱਲ ਪੈਂਦੀ? ਇਹ ਮੁੰਡੇ ਦੀ ਮਾਂ ਪੈਂਦੀ ਮੇਰੇ ਗੱਲ, ਜਿਹੜਾ ਮੁੰਡਾ ਫੋਤ ਹੋਇਆ ਉਹਦੀ ਵਾਲਦਾ? ਆਹੋ, ਉਹਦੀ ਵਾਲਦਾ ਪੈਂਦੀ, ਕਿੱਥੇ ਗਾਲ ਕੱਢੇ ਰੰਗ ਦੀ ਟਾਪੀ ਰਾਹ 'ਚ ਇੱਟਾਂ ਰੋੜੇ ਚਲਾਵੇ, ਮੇਰੇ ਪੱਠੇ ਕਮਜ਼ੋਰ ਹੋ ਗਏ ਨੇ। ਨਹੀਂ ਮਾਂ ਜੀ, ਵੇਖੋ ਨਾ, ਜਿਹੜਾ ਬੱਚਾ ਮਰਿਆ ਹੈ ਉਹਨੂੰ ਕਿਹਨੇ ਮਾਰਿਆ ਸੀ? ਬਸ ਭਾਈ ਪਤਾ ਨਹੀਂ, 3-4 ਦਿਨ ਬੱਚਾ ਜਿੰਦਾ ਰਿਹਾ, ਸੁੱਤਾ ਰਿਹਾ, ਤੇ 3-4 ਦਿਨ ਬਾਅਦ ਤੇ ਬੱਚਾ ਮਰਿਆ। 3-4 ਦਿਨ ਤੋਂ ਬਾਅਦ ਬੱਚਾ ਫੋਤ ਹੋ ਗਿਆ? ਹਾਂ, ਬਹੁਤ ਹੋ ਗਿਆ। ਉਮਰ ਸੀ ਉਹ ਬੱਚੇ ਦੀ? 12 ਸਾਲ। 12 ਸਾਲ ਉਸ ਤੋਂ ਬਾਅਦ ਤੁਸੀਂ ਉਹਨਾਂ ਦੇ ਘਰ ਸੁਲਾ ਵਾਸਤੇ ਨਹੀਂ ਗਏ? ਤੁਸੀਂ ਉਹਨਾਂ ਨੂੰ ਇਹ ਵੀ ਕਿਹਾ ਕਿ ਤੁਸੀਂ ਜਿਹੜੀ ਘਰ ਦੀ ਜਗ੍ਹਾ ਹੈ ਉਹ ਵੀ ਲੈ ਲਓ, 5 ਮਰਲੇ ਬਾਹਰ ਉਹ ਵੀ ਲੈ ਲਓ। ਨਾਨ ਗਈ ਇਹ ਕਾਰੀ ਸਾਹਿਬ ਗਿਆ, ਉਹਨਾਂ ਹੈ ਸੁਲਾ ਕਰ ਲਵੋ, ਇਹਨਾਂ ਬੰਦੇ ਹੁੰਦੇ ਮੁੰਡੇ ਦੇ ਪਿਓ ਨਾਲ, ਮੈਂ ਸੁਲਾ ਕਰ ਤੇ ਗੱਲ ਦੱਸਾਂਗਾ ਤੁਹਾਨੂੰ। ਨਹੀਂ ਸਰ, ਦੱਸੀ ਸੁਲਾ ਕਰ ਤੇ ਗੱਲ? 3-4 ਦਫਾ ਗਈ ਨਨਾਨ ਮੇਰੀ, ਉਸ ਤੋਂ ਬਾਅਦ ਫਿਰ ਕਾਰੀ ਸਾਹਿਬ ਜਾਂਦਾ ਰਿਹਾ, ਬੁਲਾ ਤੇ ਆਉਂਦਾ ਰਿਹਾ, ਯਾਰ ਸੁਲਾ ਕਰ ਲੈ ਬੱਚੇ ਨਾਲ, ਜੋ ਮੰਗਣਾ ਅਸੀਂ ਦਿੰਦੇ ਹਾਂ। ਜੇਲ੍ਹ ਵਿੱਚੋਂ ਵੀ ਬੰਦਿਆਂ ਨੇ ਕਿਹਾ ਹੈ ਯਾਰ ਸੁਲਾ ਕਰ ਲੈ, ਜੋ ਮੰਗਣਾ ਅਸੀਂ ਜਗ੍ਹਾ ਵੀ ਦਿੰਦੇ ਹਾਂ, ਤੇ ਅਸੀਂ ਪੈਸੇ ਨਾਲ ਭਰਨੇ, ਆਪ ਭਰਨੇ ਆ ਪੈਸੇ, ਆਪੇ ਬੱਚਾ ਕਿਰਾਏ ਤੇ ਲਿਆ ਤੇ ਬਹਿ ਗਿਆ, ਸਾਡੀ ਕਿਸੇ ਗੱਲ ਨਹੀਂ ਸੁਣੀ ਪੁੱਤਰ। ਮਾਂ ਜੀ, ਮੈਨੂੰ ਦੱਸੋ ਕਿ ਤੁਸੀਂ ਤੁਹਾਡੇ ਪੁੱਤਰ ਨੂੰ ਸਜ਼ਾ ਹੋ ਗਈ, ਉਮਰ ਕੈਦ ਦੀ ਸਜ਼ਾ ਹੋਈ ਹੈ, ਤੁਹਾਡਾ ਸ਼ੋਹਰ ਵੀ ਸਿਰ 'ਤੇ ਨਹੀਂ ਹੈਗਾ, ਕੋਈ ਹੋਰ ਧੀ ਪੁੱਤਰ ਵੀ ਨਹੀਂ ਆਇਆ, ਸਾਰਾ ਕੋਈ ਨਹੀਂ ਦਾ। ਜ਼ਹਿਰੀ ਗੱਲ ਹੈ, ਜਿਹੜਾ ਬੱਚਾ ਫੋਤ ਹੋਇਆ ਉਹ ਵੀ ਕਿਸੇ ਦਾ ਬੇਟਾ ਸੀ, ਤੁਸੀਂ ਇਹ ਤਸਲੀਮ ਕਰਦੇ ਹੋ ਕਿ ਬੱਚੇ ਕੋਲੋਂ ਗਲਤੀ ਹੋਈ ਹੈ ਤੇ ਉਹਨੂੰ ਮਾਫ਼ ਕਰ ਦਿੱਤਾ ਜਾਵੇ? ਅਗਰ ਗਲਤੀ ਹੋਈ ਹੈ ਤਾਂ? ਹਾਂਜੀ ਭਾਈ, ਗਲਤੀ ਹੋਈ ਮਾਫ਼ ਕੀਤਾ ਜਾਵੇ, ਜੋ ਮੈਂ ਜੁਰਮਾਨਾ ਹੈਗਾ ਮੈਂ ਭਰਾਂਗੀ ਭਾਈ। ਆਪਣੇ ਬੱਚੇ ਦੇ ਇਨਸਾਫ਼ ਵਾਸਤੇ ਉਹਦੇ ਵਾਸਤੇ ਕੀ ਕਹਿਣਾ ਚਾਹੋਗੇ ਕਿ ਜ਼ਹਿਰੀ ਗੱਲ 3 ਸਾਲ ਪਹਿਲੇ ਜੇਲ੍ਹ 'ਚ ਰਿਹਾ, ਉਮਰ ਕੈਦ ਦੀ ਸਜ਼ਾ ਤਕਰੀਬਨ 12-13 ਸਾਲ ਹੋਰ ਜੇਲ੍ਹ ਕੱਟੇਗਾ, ਅਤੇ ਅੱਗੇ ਹਾਈ ਕੋਰਟ ਜਾਣ ਵਾਸਤੇ ਤੁਹਾਡੇ ਕੋਲ ਇੰਨੇ ਵਸਾਇਲ ਹੈਗੇ ਨੇ, ਕੋਈ ਪੈਸੇ ਹੈ ਨਾ ਕਿ ਤੁਸੀਂ ਅੱਗੇ ਅਪੀਲ ਕਰ ਸਕੋ? ਬਾਈ, ਅਸੀਂ ਫੜ ਫੜਾ ਦੇ ਕਰ ਲਾਂਗੇ, ਜੇ ਕੋਈ ਨੇਕ ਹੀ ਕੱਟੇ ਦਾ ਨੇਕੀ ਕਰੇਗਾ ਕੋਈ ਗੱਲ। ਤੁਹਾਡਾ ਹੋਰ ਕੋਈ ਬੇਟਾ ਵੀ ਨਹੀਂ ਹੈਗਾ, ਸ਼ੋਹਰ ਵੀ ਫੋਤ ਹੋ ਗਿਆ, ਧੱਕੇ ਖਾ ਦੋ ਅਦਾਲਤਾਂ ਦੇ, ਖਾਂਦੇ ਫਿਰਦੇ ਹੋ, ਕੀ ਕਹਿਣਾ ਚਾਹੋਗੇ? ਮੈਂ ਤਾਂ ਨਹੀਂ, ਮੈਂ ਬਰੀ ਹੋਣਾ ਚਾਹੀ ਆਵੇ,
ਵੀ ਆਈ ਆ ਕਮੋਦੀ ਅੱਲਾ ਮਿਲੇ ਪੈਸੇ ਮੈਂ ਦੇਣੀ ਨੇਕ ਵਕੀਲ ਮੇਰੇ ਪੈਸੇ ਭਰਨੇ ਇੱਥੇ ਹੀ ਪੈਸੇ ਭਰੇ ਨੇ ਅੱਗੇ ਵੀ ਪੈਸੇ ਭਰਨੇ ਆ ਹੁਣ ਮੈਂ ਦੀਆ ਲੱਗ ਜਾਂਦੇ ਪੈਸੇ ਕਿੰਨੇ ਪੈਸੇ ਲੱਗਣ ਦੇ ਉਹਨੇ ਮੈਂ ਪਹਿਲੇ ਜਦੋਂ 3 ਸਾਲ ਕੇਸ ਚੱਲਿਆ ਕਿੰਨੇ ਪੈਸੇ ਲੱਗੇ ਮੇਰਾ ਲੱਗ ਗਿਆ ਹੋਇਆ 12000 ਰੁਪਇਆ ਜਾਂ 60000 ਹਾਂਜੀ ਮੈਨੂੰ ਦੱਸੋ ਕਿ ਤੁਹਾਡਾ ਇੱਕ ਹੀ ਬੇਟਾ ਸੀ ਜ਼ਹਿਰੀ ਗੱਲ ਹੈ ਮਾਂ ਬਾਪ ਨੂੰ ਬੜੀਆਂ ਰੀਝਾਂ ਹੁੰਦੀਆਂ ਨੇ ਇੱਕ ਹੀ ਬੇਟਾ ਸੀ ਅੱਜ ਉਹਨੂੰ ਵੀ ਸਜ਼ਾ ਹੋ ਗਈ ਹੈ ਅਤੇ ਤੁਸੀਂ ਕਿਵੇਂ ਫਿਰ ਜ਼ਿੰਦਗੀ ਤੁਹਾਡੀ ਗੁਜ਼ਰਦੀ ਬਸ ਬਾਈ ਅੱਗੇ ਤੱਕਿਆ ਮਾਂ ਨਾਲ ਤੂੰ ਵੀ ਤੱਕੀ ਖਾਣੇ ਨਾ ਦਿਹਾੜੀ ਦਾ ਭਾਰ ਦਿਹਾੜੀ ਕਰਨੇ ਹੁਣ ਦਿਹਾੜੀ ਨਹੀਂ ਆਉਂਦੀ ਪੁੱਤਰ ਮੇਰੇ ਕੋਲ जी नादरीन आपने माँ जी की बात सुनी इनका बेटा मोहम्मद यासीन उसका नाम है आज अदालत ने उसको उम्र कैद की सज़ा 3 लाख हरजाना और 5 लाख रुपए उसको जुर्माना हुआ है और अभी उसको जेल में लेके चले गए हैं और इनका कहना है कि मैं मेहनत मजदूरी करती हूँ कोई बेटा भी नहीं है कोई और बेटी भी नहीं है शोहर भी सर से चला गया और जिन लोगों ने FIR करवाई थी उनसे कहा है कि घर की आप जगह भी ले लें 5 मरले बाहर जगह आती है वो भी ले लें हम किराए पे रह लेंगे और इनके बेटे को माफ़ कर दें जहरी सी बात है कि गलती अगर हुई भी है तो इनका कोई और सहारा नहीं है मेरी उन जो वो लोग हैं जिन्होंने FIR करवाई अगर वो हमें देख रहे हैं तो उनसे गुजारिश है कि खुदा के लिए एक दफ़ा इनको माफ़ कर दें अगर कोई हमें कोई ऐसा वकील देख रहा है या कोई ऐसा अल्लाह का नेक बंदा देख रहा है जो सब हैसियत है इनके पास अपील करने के भी पैसे नहीं है नहीं तो वो बच्चा अभी तकरीबन उसकी कोई 20-21 साल 23 साल उम्र होगी सारी ज़िंदगी उसकी जेलों के अंदर गुजर जाएगी और इसलिए हमारी गुजारिश है कि उसका केस लड़ने के लिए कोई ऐसा बंदा हमारे साथ रब्ता करे ताकि हम इनसे आप लोगों को मिलवा सकें इसके साथ ही अपने मेज़बान उमर अली को इजाज़त दीजिए और देखते रहिए 42 HD TV अलाने के बाद